من ساعت ليل ونهار وليا وحافظا وقائدا وناصرا ودليلا وعينا حتى تسكنه رزقا طوعا وتمتعه فيها طويلا الہی انتصاران ولایت العصر دی حفاظت فرما آمین ضرور آکھی کرو چونکہ مومن دی دعا اللہ مستجاب کردا ہے پتہ کس دی آمین خالق قبول کرے بھائی غلام واسطے مالک درجات بلند فرما انہاں دی والدہ مرحوماں دے مالک درجات بلند فرما بانیان سامعین حاضرین دی توفیقات وچ اضافہ فرما جتنے انتصاراں نے ولایت العصر موجود ہیں تمام دے حوائج شرعیہ پورے فرما جو بیمارن شفا عطا فرما آمین ناموس دی حفاظت فرما یوسف سیدہ بقیت اللہ ولی العصر امام زمان حجت القائم دے ظہور تاجیل آمین بارویں آقادی آمد و سلامتی دی خاطر بلند صلوات پھر بھی اپنے اپنے شرعی حاجات دی تکمیل واسطے مالک سزادار دے بیٹے نو مالک شفا عطا فرما زندگی اندر آس فرما اس نگری نو تا قیام قیامت آباد و شان فرما یا رب محمد و آل محمد صلی علی محمد و آل محمد و اجل فرج آل محمد اجازت ہے جی ذکر پاک شروع کر اعوذ باللہ من الشیطان الرجیم تھوڑا باریک کر کے نا تھوڑا باریک کر کے بسم اللہ الرحمن الرحیم قرآن دی امتنات سلم الحمد للہ الذی نور قلوبنا بولایت آل محمد صلی صاحب تاج والمعراج والمراق والعلم اسمه مقدس منور مرفوع منقوشاً فی اللہ والقلم سلما اس سطر تھے میرے ورد زبان نام علی ہے الصلاۃ والسلام
ਵਧੀ ਰਹੀ ਵਾ ਖਲੀਫਾ ਤਹੀ ਬਬਨੋ ਅਮੈ ਅਲੀ ਇਬਨ ਅਬੀ ਤਾਲਿਬ ਅਮੀਰ ਅਲ ਮੋਮਿਨੀ ਨਾਰਾਦਰੀ ਯਾ ਅਲੀ ਮੁਸ਼ਕਿਲ ਕੁਸ਼ਾ ਅਲੀ ਬੇਨਵਾ ਦਾ ਆਸਰਾ ਯਾ ਅਲੀ ਮੋਮਿਨ ਤੇ ਮੁਨਾਫਿਕ ਦੀ ਪਹਿਚਾਨ ਯਾ ਅਲੀ ਯਾ ਅਲੀ ਏ ਮੋਮਿਨ ਵਸਤੇ ਦਾ ਮਿਨ ਜਿਨਾ ਦਿਲ ਮਸਜਿਦ ਵਲ ਮਿੰਬਰ ਕਬੀਰ ਲਲਮੇ ਅਬੇਲ ਹਸਲ ਵਲ ਹੁਸੈਨ ਸੈਦ ਲਾਉ ਲਈਆਂ ਇਮਾਮ ਮਿਲਾਉਂਦਾ ਅਮੀਰ ਅਲ ਮੋਮਿਨੀਨ ਕਦਈ ਕਿਆ ਬਾਤ ਹੈ ਯਾਰ ਤੁਹਾਡੀ ਬਿਸਮਿਲਾ ਕਰਾ ਤੂੰ ਬਹੁ ਜੀਵੇਂ ਜੀ ਮੈਨੂੰ ਕਰਾਂ ਚਿੜੀਆਦਾਰੀਆਂ ਵਾਲੇ ਬਜ਼ੁਰਗ ਥੱਕ ਵੰਜਣਾ ਬਸ਼ਰੀਅਤ ਤੇ ਭਾਈ ਜਾਨ ਸੁਬਾਹ ਦੀ ਮਜਲੇ ਸ਼ੁਰੂ ਹੈ ਆਖਿਰ ਇਨਸਾਨ ਹੋ ਚੁੱਕੇ ਲੇਕਿਨ ਆਖਰੀ ਪੁਰਸ ਹੈ ਆਖਰੀ ਮੁਕਾਨ ਹੈ ਉਹਦਾ ਜਨਾਜ਼ਾ ਆਉਣਾ ਜਿਹਦੀ ਭੈਣਾ ਦੀ ਆਈ ਤੇ ਕੁੰਧੋਪ ਤੇ ਸਮਾਈ ਬਣੀ ਜਵਾਨੀਆਂ ਮਾਣੋ ਤੁਰੀ ਮਿਲ ਗਈਆਂ ਇਹ ਤਾਂ ਅੱਲਾ ਇੱਜ਼ਤ ਦਿੱਤੀ ਹੈ ਜੀ ਬਿਸਮਿਲਾ ਕਰਾਂ ਜਵਾਨੀਆਂ ਮਾਣੋ ਜ਼ਿੰਦਗੀ ਆਉਣ ਜਿਹੜੇ ਉਮਤ ਲੁਕ ਲਿੱਤੇ ਅੱਜ ਕਮਰ ਜਰਾ ਗਿਆ ਦੀਏ ਨਹੀਂ ਬੁਲਦਾ ਤੇਰਾ ਸ਼ਰਾਬੀ ਨਾਲ ਬੋਲਣਾ ਕਿਆ ਬਾਤ ਹੈ ਯਾਰ ਕਿਆ ਬਾਤ ਹੈ ਤੁਹਾਡੀ ਸੁਭਾਨ ਅੱਲਾ ਸੁਭਾਨ ਅੱਲਾ ਅਸਲਾਤੋ ਅਸਲਾਮੁ ਅਲਾ ਹਸਨ ਮਾਸੂਮ ਅਲ ਮਸਮੂਮ ਵਲ ਹੁਸੈਨ مقتول المذبوع من الكفا في الكربلا كيتا وسدين تحوسيا بسم الله قرآ بسم الله قرآ ਕਦੀ ਕੋਈ ਮਕਤੂਲ ਕਾਤਿਲ ਦੀ ਚਾਚਾ ਮਿੰਨਤ ਨਹੀਂ ਕਰੇਂਦਾ ਏਡਾ ਗਰੀਬ ਹੈ ਬਤੂਲ ਦਾ ਚੰਨ ਕਾਤਿਲ ਨੂੰ ਪਿਆ ਦੇਣੇ ਇੱਕ ਤੇ ਮੈਂ ਕੋ ਕਰਨ ਨੇ ਇਸ ਤੱਕ ਬਾਲੇ
ਵਿੱਚ ਕਰ ਬਲ ਦੇ ਘਿਲ ਧੀ ਦੁਖੀਆ ਰੂਹਾਂ ਦੀ ਕਿਹੜੀ ਗੱਲ ਯਾਦ ਹੈ ਦਿਲ ਨਾ ਕਤਾਲ ਨਾ ਕਰੋ ਮੇਰੇ ਛੋੜ ਦੇ ਸਰ ਦੇ ਮਲੇ ਰੋਣਾ ਸੌਖਾ ਮਲੇ ਮੁਸਕਰਾਵਣਾ ਜੀ ਚਾਚਾ ਤੁਹਾਡੀ ਚਿੱਟੀ ਦਾੜੀ ਫਿਰ ਬਰਡੇ ਨਾ ਕਾਤਲ ਨੂੰ ਬਿਆ ਦੇਣ ਕਲਾਜ਼ਾ ਮੈਂ ਕੂੰ ਕਤਲ ਨਾ ਕਰ ਮੈਂ ਕੂੰ ਕਲਾਣ ਦੇਸ ਤੱਕ ਬਾਲੇ ਮੈਦਾਨ ਵਿੱਚ ਕਰ ਬਲ ਦੇ ਘੇਲਦੀ ਦੁਖੀਆ ਦਿਲ ਨਾ ਜਗੇ ਦਿਲ ਬਹੁ ਮਵਾਦੇ ਦੁਨੀਆ ਤੇ ਕਾਇਮ ਮਿਸਾਲੇ ਮੈਂ ਕੋ ਮਾਦੇ ਸਾਹਮਣੇ ਕਤਲ ਨਾ ਕਰ ਮੇਰੇ ਛੋੜ ਦੇ ਸਰ ਦੇ ਵਾਲੇ ਖੈਰ ਹੈ ਅੱਛਾ ਜਰਨੇਟਰ ਤੇ ਚਲਾ ਦੇ ਬੜਾ ਹੁਣ ਜਰਨੇਟਰ ਤੇ ਚਲਾ ਦਿਓ ਨਾ ਅੱਛਾ ਚਲੋ ਤੁਹਾਡਾ ਹੁਕਮੇ ਫਿਰ ਪੜ ਦੇਣਾ ਸੁਭਾਨ ਅੱਲਾ ਸੁਭਾਨ ਓ ਦਿਲ ਨਾ ਲੱਗੇ ਕਦਾਲ ਨਾ ਕਰੋ ਮੇਰੇ ਛੋੜ ਦੇ ਬਿਸਮਿਲਲਾ ਕਰਾਂ ਰੋ ਪਿਓ ਅੱਲਾ ਤੁਹਾਡੀਆਂ ਜ਼ਿੰਦਗੀਆਂ ਨਾਰਾਜ਼ ਕਰੇ ਬਿਸਮਿਲਲਾ ਕਰਾਂ ਮੈਂ ਨਾ ਕਰਾਂ ਹੁਕਮੇ ਤੋਂ ਫਿਰ ਪੜਨਾ ਆਵਾਜ਼ ਆਈਏ ਦਿਲ ਨਾ ਜਗੇ ਹੋ ਦਿਲ ਬਹੁ ਮਵਾਦੇ ਦੁਨੀਆ ਤੇ ਕਾਇਮ ਮਿਸਾਲੇ ਮੈਂ ਕੋ ਮਾਦੇ ਸਾਂ ਕਦਲ ਨਾ ਕਰੋ ਮੇਰੇ ਛੋੜ ਦੇ ਸਰ ਦੇ ਰਾਤ ਹੋ ਗਈ ਚੁੱਕੇ ਗਰੀਬ ਜਾਮਣੇ ਅੱਛਾ 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 ਮੈਂ ਨੌਕਰ
ਇਹ ਦਿਲ ਚ ਕਬਰ ਇਮਾਮ ਹੁਸੈਨ ਆਦ ਨੇ ਇੱਕ ਜ਼ਖਮੀ ਬਦਨ ਨੇ ਤੁਸੀਂ ਥੱਕੇ ਹੋਏ ਲੋਕ ਹੋ, ਤਕਰੀਬਨ 8-9 ਵਜੇ ਦੀ ਤਮਜਲੇ ਸ਼ੁਰੂ ਹੋਏ। ਮਾਲਕ ਮੇਰੇ ਮਹਿਰਾਨ ਸਿਹਤ ਦੇਵੇ, ਜ਼ਖਮੀ ਬਦਨ ਗਿਣ ਕੇ ਅੱਜ ਚਲੋ ਇੱਕ ਵੈਣ ਹੋਰ ਪੜੇ ਨਾ ਜ਼ਾਕਰੀ ਦੀ ਇਬਤਦਾਇਤ ਪੜਦਾ ਹੋਣਾ ਆਦੈ ਤੂੰ ਜ਼ਖਮੀ ਆਏ ਤੇ ਕਾਫੀ ਆਈ ਤੇ ਦਿੰਦਾ ਇੱਕ ਤੁਹਾਡੀਆਂ ਨਸਲਾਂ ਨੂੰ ਆਬਾਦ ਰੱਖੇ। ਅਰਜ਼ ਪਿਆ ਕਰਦਾ ਜ਼ਖਮੀ ਬਦਨ ਗਿਣ ਕੇ ਭੈਣ ਦੇ ਖੈਮੇ ਚਾਹ ਖੜੇ, ਮੈਂ ਸੌਖਾ ਪੜ ਛੋੜੇ ਅੰਦਰੋਂ ਖੜ ਕੇ ਆ ਦੀਏ ਬਾਹਰ ਖੜ ਕੇ ਜੋ ਸਲਾਮ ਵਲੈਨੇ, ਮੈਂ ਤੇਰੇ ਪੁੱਤਰ ਦੀ ਜਾਗੀਰ ਚ ਕੋਈ ਸਾਲ ਰਹਿਣਾ। ਮੰਨ ਲਓ ਵੀ ਇਜ਼ਤਾਂ ਵਾਲੇ ਆਜ਼ਾਦਾਰ ਹੋ ਮੇਰੇ ਸਾਹਮਣੇ, ਈ ਵੇਲੇ ਤਮਾਸ਼ਾ ਹੀ ਨਹੀਂ ਆਉਂਦੇ, ਜ਼ਿਕਰ ਤਮਾਸ਼ਾ ਹੀ ਆਉਂਦਾ ਹੀ ਨਹੀਂ। ਇਹ ਮਜਬੂਰੀ ਆਈ ਜੋ ਸਾਡੀਆਂ ਮਾਵਾਂ ਭੈਣੀ, ਮਾਲਕ ਇਹਨਾਂ ਦੇ ਪਰਦੇ ਸਲਾਮਤ ਰੱਖੇ, ਇਹ ਪਰਦੇ 'ਚ ਬੈਠੀਆਂ ਗੈਰਤਮੰਦੋ ਭੈਣ ਆਦੀ ਇਹ ਡਰ 'ਤੇ ਖੜ ਕੇ ਕਿਉਂ ਸਲਾਮ ਲੈਣੇ। ਅੱਲਾ ਸ਼ਿਫਾ ਦੇਵੇ ਭਾਈ ਨਾਸਰ ਅਬਾਸ ਨੋਤਕ ਨੂੰ, ਚੁੱਕਿਓ ਇੱਥੇ ਜਲਸੇ ਦੇ ਬਾਣੀ ਆਉਂਦੇ ਹਨ। ਆਖਿਰ ਜਿੱਦੀ ਪੁਸ਼ਤੀ ਆਜ਼ਾਦਾਰੋ ਤੁਹਾਡੇ, ਦੇਖੋ ਅਸਾਂ ਜੋ ਪੜ੍ਹਦੇ ਹਾਂ ਨਾ ਅਸਾਂ ਸਿਰਫ ਯਾਦ ਦਿਆਂ ਨਹੀਂ ਕਰਾਵਣੀ ਆਉਂਦੀ, ਤੁਹਾਡੇ ਦਿਲਾਂ 'ਚ ਕਬਰ ਇਮਾਮ ਹੁਸੈਨ ਆਉਂਦੀ ਹੈ, ਮੇਰੀ ਕੌਮ ਦਾ ਸਾਸਾ ਨੌਜਵਾਨ ਮੌਜੂਦ ਹਨ। ਮਾਲਕ ਤੁਹਾਡੀ ਜ਼ਿੰਦਗੀ ਨਾਰਾਜ਼ ਕਰੇ, ਬਜ਼ੁਰਗਾਂ ਦਾ ਸਾਇਆ ਤੁਹਾਡੇ ਸਰਾਂ 'ਤੇ ਕਾਇਮ ਹੋਵੇ। ਜਦੋਂ ਕਿਬਲਾ ਤੁਹਾਡੇ ਵਾਲੀ ਗੱਲ ਪਿਆ ਕਰਦਾ, ਫਿਰਾਖ ਹੈ ਅੰਦਰ ਆਵਾਂ ਹਾਂ ਜ਼ਖਮੀ ਢੇਰਾ, ਬੀਬੀ ਆਦੀ ਬੁਰਕਾ ਲਈ ਖੜੀਆਂ ਆਖੇ ਤਾਂ ਮੈਂ ਪੱਟੀਆਂ ਬੱਧਾ। ਸ਼ਾਬਾਸ਼ ਸ਼ਾਮਾ ਜਿਨ੍ਹਾਂ ਦੀ ਹਾਂ ਨਿਕਲ ਗਈ ਏ,
ਸੁਭਾਨ ਅੱਲਾ ਚਾਚਾ ਜੀ ਜਦੋਂ ਵੇਣ ਆਖਾਂ ਨਾ ਮੈਂ ਪੱਟੀਆਂ ਬੱਧਾਂ ਬਈ ਜਾਨ ਤੇ ਬੇਕਫਨ ਖਾੜ ਕੇ ਫਰਮਾਇਆ ਅੰਮਾ ਦੀ ਜਾਈ ਈ ਵਜ੍ਹਾ ਤੂੰ ਖੜ ਗਿਆ ਜੋ ਮੇਰੀ ਫੌਜ ਮੁੱਕ ਗਈ ਹੈ ਤੁਸਾਂ ਲੋਕ ਬਜ਼ੁਰਗ ਮੇਰੇ ਨੂੰ ਸੁਣ ਹੈ ਅੱਲਾ ਤੁਹਾਡੇ ਬਜ਼ੁਰਗ ਦਰਜਾਤ ਬੁਲੰਦ ਕਰੇ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ ਬੀਬੀਆ ਦੀ ਹੁਸੈਨ ਕਿਉਂ ਖੜੇ ਬੈ ਮੇਰੀ ਫੌਜ ਮੁੱਕ ਗਈ ਹੈ ਬੀਬੀਆ ਦੀ ਤੇਰੀ ਮੁੱਕ ਗਈ ਹੈ ਮੈਂ ਗਿੱਧੀ ਖੜੀ ਹਾਂ ਭੈਣ ਤੇਰੀ ਕਿਹੜੀ ਫੌਜ ਹੈ ਬੀਬੀਆ ਦੀ ਤੇਰੀ ਫੌਜ ਮਰਦਾਂ ਦੀ ਆਈ ਦੇਖੋ ਇਬਾਦਤ ਸਾਰੇ ਬੈਠੇ ਕਰਦੇ ਹੋ ਮੈਂ ਉਸਲੇ ਕਰਨਾ ਜਦਾਂ ਹਰ ਮੋਮਿਨ ਦੀ ਅੱਖ ਦਾ ਮਜ਼ੀਦ ਵਜ਼ੂ ਥੀ ਗਿਆ ਸਹੀ ਕਿਆ ਲੋਕ ਹੈ ਜਿਹੜੇ ਕਬਰਾਂ 'ਚ ਵਨ ਸੁੱਤੇ ਗੈਰਤਮੰਦੋ ਕਿਹੜੀ ਫੌਜ ਬੀਬੀਆ ਦੀ ਤੇਰੀ ਫੌਜ ਦਾ ਜਰਨੈਲ ਅਬਾਸ ਆਈ ਮੇਰੀ ਫੌਜ ਦੀ ਜਰਨੈਲਾ ਅਲਮਾਲ ਦੀ ਭੈਣ ਜਵਾਨੀ ਮਾਣੇ ਤੇਰੀ ਫੌਜ ਦਾ ਕੰਮ ਸਿਰ ਸਿਪਾਹੀ ਅਲੀ ਅਸਗਰ ਆਈ ਮੇਰਾ ਛੋਟਾ ਸਿਪਾਹੀ ਤੇਰੇ ਸੀਨੇ ਤੇ ਸੰਮਣ ਵਾਲੀ ਧੀ ਇਹ ਮੌਜਦਾ ਅਲੀ ਦੀ ਧੀ ਦਾ ਆਵਾਜ਼ ਆਈ ਅੰਮਾ ਦੀ ਜਾਈ ਆਂਦਾ ਮੈਂ ਕਈ ਪਰਦਾ ਹਰ ਮਰ ਵਨੇ ਬਾਬਾ ਜੀ ਨੇ ਆਖਿਆ ਨਾ ਕਈ ਪਰਦਾ ਦਾਨ ਮਰ ਵਨੇ ਕਿਆ ਇਖਤਿਆਰਾ ਤੇ ਅਲੀ ਦੀ ਧੀ ਦੇ ਬੀਬੀ ਆਦੀ ਮੈਂ ਜਾਮੇਨਾ ਧੀ ਖੈਮੇ ਚੋਂ ਨਿਕਲੀ ਸਾਈ ਪਿਓ ਦੀ ਉਂਗਲੀ ਨੱਪ ਕੇ ਆਦੀ ਕੋਈ ਨਹੀਂ ਮਰਦੀ ਪਿਓ ਅੰਦਰ ਆਇਆ ਬੀਬੀਆਂ ਹਾਲ ਬਣਾਇਆ ਜਦੋਂ ਬੀਬੀਆਂ ਦਾ ਹਾਲ ਬਣ ਗਏ ਉਸ ਵੇਲੇ ਬਾਦਸ਼ਾਹ ਹੁਸੈਨ ਹਰ ਬੀਬੀ ਤੋਂ ਡਿੱਠਾ ਵਸੀਤਾਂ ਕੀਤੀਆਂ ਤੇ ਭੈਣ ਨੂੰ ਬੈਠੇ ਆਦਨ ਭੈਣ ਮੇਰਾ ਛੇਕੜੀ ਸਲਾਮ ਹੋ ਵੀ ਮੈਂ ਕਰੀਬ ਤੂੰ ਵਹਿਣ ਪੇ ਸ਼ੁਰੂ ਕਰਦਾ ਬੀਬੀ ਆਦੀ ਇਹ ਮਿਲਣ ਦੀ ਖਾਹਿਸ਼ ਆਈ ਮਾਂ ਦਾ ਹੁਕਮ ਆਈ ਪੂਰੀ ਕਰੇਂਦਾ ਪਰ ਮੈਨੇ ਲੱਖ ਲੱਖ ਨਫਾ ਕਰਾਂ ਮੇਰੀ ਮੁਸਾਫਰ ਭੈਣ ਆਵਾਜ਼ ਆਈ ਹੁਕਮ ਕਰ ਬੀਬੀ ਆਦੀ ਮਾਂ ਮੈਂ ਕੁਆ ਖਾਈ ਮੈਂ ਗਿਣਨ ਬੋਸੇ ਆਵਾਜ਼ ਆਈ ਘੇਨ ਬੀਬੀ ਆਦੀ ਪਹਿਲਾ ਬੋਸਾ ਏ ਨਾਨੇ ਦਈ ਇਹ ਬਾਬੇ ਦਈ ਇਹ ਹਸਨ ਮੇਰਾ ਦਈ ਇਹ ਮਾਂ ਦੁਖੀਆਂ ਦਈ ਚਾਰ ਬੋਸੇ ਘੇਨ ਕੇ ਭੈਣ ਚੁੱਪ ਹੋਈ ਫਰਮਾਏ ਅੰਮਾ ਦੀ ਜਾਈ ਆਪਣੇ ਹਿੱਸੇ ਦਾ ਬੋਸਾ ਨਹੀਂ ਗਿਰਨਾ ਕੁਰਾਨ ਦੀ ਕਸਮ ਏ ਤੂੰ ਬਹੁ ਜਿਵੇਂ ਅਲੀ ਦੀ ਧੀ ਵੀਰ ਦੋ ਦੇਖ ਕੇ ਆਦੀ ਮੈਂ ਇਹਨੇ ਤਾਂ ਨਹੀਂ ਗਿਣਨਾ ਸੁਬਹਾਨ ਅੱਲਾ ਮੇਰਾ 24 ਸਾਲ ਦਾ ਤਜਰਬਾ ਲੈ ਲੈ ਠੀਕ ਚੱਲਦਾ ਪਿਆ ਡਿਸਟਰਬ ਨਾ ਕਰੋ ਪਹਿਲੇ ਠੀਕ ਆਈ ਆਵਾਜ਼ ਆਈਏ ਭੈਣ ਘੇਨ ਬੋਸੇ ਬੀਬੀ ਆਦੀ ਮੈਂ ਇਹਨੇ ਨਹੀਂ ਗਿਣਨਾ ਕਿਵੇਂ ਗਿਣਸੇ ਇੱਥੇ ਦੇ ਵੰਡੇ ਤੇਰੀ ਮਰਜ਼ੀ ਮਕਤਲ 'ਚ ਬਾਹਰ ਦੇ ਵੰਡੇ ਮੈਂ ਤੇਰੀ ਮਰਜ਼ੀ ਫਿਰਾ ਸਮਝ ਗਏ ਹੈ ਆਦਨ ਇੱਡੂ ਘਿਨਸੇ ਜਾਂ ਇੱਡੂ ਪਹਿਲੇ ਠੀਕ ਚੱਲਦਾ ਪਿਆ ਡਿਸਟਰਬ ਕੀਤਾ ਮੈਨੂੰ ਹੁਣ ਆਵਾਜ਼ ਨਹੀਂ ਰਹੀ ਸਾਦਾਤ ਮੋਮਿਨੀ ਨਵਾਜ਼ ਇਹ ਬਹੁਤ ਸਾ ਕਿੱਡੂ ਘਿਨਸੇ ਜ਼ਾਲਿਮ ਨੇ ਦੋ ਸਿਬਾਂ ਤੋਂ ਬੇਕਫਨ ਨੂੰ ਕੁੱਟਿਆ ਜੋ ਮੈਂ ਪੜ੍ਹਿਆ ਮਾਲਕ ਸਿਹਤ ਦੇ ਵੀ ਇੱਕ ਦਫ਼ਾ ਪਹਿਲੇ ਇੱਡੂ ਤੇ ਫਿਰ ਸੀਨੇ ਤੇ ਜਿਹੜਾ ਸਵਾਰ ਹੋਇਆ ਇੱਡੂ ਜਾਂ ਪਹਿਲੇ ਇੱਡੂ ਬਾਂਦ ਚ ਦੇਖੋ ਮੈਂ ਪੜ੍ਹਾਂ ਬਤੂਲ ਦਾ ਪੁੱਤਰ ਤੇ ਹੰਝ ਨਾ ਆਵੀ ਕੋਸ਼ਿਸ਼ ਕਰੇ ਕਰਬਲਾ ਰੁੱਖ ਕਰਕੇ ਪਿੰਨ ਲਵੇ ਜੋ ਇਹ ਗਰੀਬ ਦੀ ਸ਼ਹਾਦਤ ਹੈ ਮੇਰਾ ਕੋਈ ਕਮਾਲ ਨਹੀਂ ਮੈਂ ਤਾਂ ਦੁੱਖ ਪੜਨੇ ਨੂੰ ਆਵਣੀ ਹੈ ਗਰੀਬ ਦੀ ਸਵਾਰੀ ਸਮਝੋ ਗਰੀਬ ਦਾ ਜਨਾਜ਼ਾ ਆਵਣਾ ਇਹ ਸ਼ਬੀ ਤਾਂ ਆਉਂਦੀ ਹੈ
जो हो सकता है कहे मोमिन की अख ना वसे, मंजर सामने होवे उनकी अख वस होवे। मैं बिल्कुल करीब तो वहन पे करदा, जख्मी बदन शब्बीर सर रखिया, बोसा दिता। फिर मैंने हूँ मैं ही मिला बीबिया दी की में मिल से, पहला बोसा दिता सर ते, ये नाने दई, ये बाबे दई, ये हसन भेरा दई, ये मां दुखिया दई। गैरतमंदों चार बोसे ते हुसैन रुकिया, वीर दे चेहरे दी आशिक सर चाकिया दी, उवे मिलसे जिवें माख है, उवे मिलसा। शबीर फरमाने तू सर तो थोड़ी जी चादर हटा, मैं बोसा देवा माड़े आले, बोसा दे के आदा हायो मरी शाम दी कैदन मार। बिस्मिल्लाह करा, सुभान अल्लाह सुभान अल्लाह, मेरे हिस्से दी मुकान हो गई। हुसैन बादशाह भेण दे सामने उठे, किबला पुत्र कोल आए, सज्जाद सुतो है, पुत्र नु चाया, मोने तले हाथ दिता, अखा खोलिया, पियो दे सर दे वजूद ते दिठे जख्म। यकीन कर वो मेरी दाखरी चेस तो वड़ा लफ्ज कोई नी, जदा जख्म दिठे हुसैन बादशाह दे बामे दर वेख के आता, बाबा चेहरे ते खून कहंदा है, हाय मेरा अल्लाह हाय मेरा अल्लाह। फरमाने तेरे छोटे वीर अली असगर को मैदान चा गया, बाबा असगर ही लेना है। फरमाने ना हाँ, आवाज ये बाबा चाचा किन गी, बाकर दी मां जल्दी कर मेरे चाचे नु सादा, मेरे चाचे जी उन्हें मेरे बाबे नु कायम आ रहे है। फिर मैंने एक तू बच गई है, एक मैं बच गई हूँ। चाचे वाले पासे देख के गैरतमंदों खैमे ने देख के वत बाबे दे गाली चुबाई चकड़ियाँ, आदे बाबा इमामत दा अपना फैसला है, जै लड़ना हा ओनु पाबंद कर मराए, जेड़ा बोल ना सकदा ओनु लखा ना लड़ाए। सुभान अल्लाह सुभान अल्लाह। अगर कोई मेरे बुजुर्ग खैर हथ बद्धी बैठे रहने, अगर कोई मेरा नौजवान वीर हथ बद्धी बैठे तो नियाज़े हुसैन थोड़ी देर वास्ते खोल लियो, चूंकि हथ बन माना मसाए मुनासिब नहीं होता, ताकि कोई गैर हाजिर न हो, तवज्जो सारे दी हो गई। हुसैन बादशाह पुत्र नु पया देन, मेरे बात तो लुट पवनी है, खैमे जलसे ना लैन लुटी वैसी, खुबियां ते मावा नाल बाजार वनना पौसे, किथाई जान पौवे तो जल्दी उठी में जो तेरे नाल, मेरिया खुफियां बगैर मेरिया भैणा बगैर चादर दे होसे, सलाम है जिन्हें हाथ मातम वास्ते उठी पैन, मैं गयूर लोग खड़ा पड़दा, बहु वड़ी इबादत है रोमना ते मातम करना, ए अली असगर दी माँ दी सुन्नत है। हुसैन बादशाह खैमे आखरी मुलाकात भेण भिरा दी, मैं दारैन कुर्बान करा, यकीन करो इन्हें गुनागार रखी नाल, यार मुहर्रम नु रिवायत बैठा पढ़दा, मुजतहिद लिखे किताबे रिवायत पे कर दिए, जनाब फिजा तुहारे तो सोना कह सुनना, तुसा हक अदा कर दिता है, मेरे को अल्फाज ही कोई नहीं, ये 14-15 घंटिया के बाद तुहारा इतना रोमना, मिंबर दी अजमत की कसम है। जिस वेले फिजा दिए खैमे च आखिरी मुलाकात आई, अगे अगे हुसैन वदा टुरदा आई, पिछे पिछे बहन वदी टुरदी आई, फिजा दिए जदा खैमे चो बाहर निकले वत अगे अगे भैन वदी टुरदी आई। हाय कर लवे हाय कर लवे, मैं आजादार पढ़दा वत पिछे पिछे मेरा आई। जख्मी मदन ए इथाई
ਬੈਠੀਆਂ ਨਾ ਸਾਰੀਆਂ ਮਾਵਾਂ ਅਤੇ ਬਹਿਣੀ, ਕਹਿਣ ਦਾ ਇੱਥੇ ਬਹਿਰਾ ਸੀ, ਕਹਿਣ ਦਾ ਇੱਥੇ ਪੁੱਤਰੋ ਸੀ। ਅੱਲਾਹ ਨਾ ਕਰੇ ਬਹਿਰਾ ਜ਼ਖਮੀ ਥੀ ਵਨੇ ਸਾਈਂ, ਭੇਣ ਕਦੀ ਬਰਦਾਸ਼ਤ ਨਾ ਕਰ ਸੀ, ਤੇ ਦਸਾਂ ਜਿਹਦਾ ਪੂਰਾ ਬਦਨ ਜ਼ਖਮੀ ਆਈ। ਹਾਏ ਓ ਮੇਰਾ ਅੱਲਾਹ, ਬਾਹਰ ਆ ਕੇ ਨਾ ਆਖਰੀ ਕਨਾਤ ਦੇ ਅੰਦਰੋਂ ਵੀਰ ਨੂੰ ਘੋੜੇ ਤੇ ਚੜਾਇਆ ਸੀ, ਹੁਸੈਨ ਘੋੜੇ ਤੇ ਸਵਾਰ ਹੋਏ। ਬੀਬੀ ਆਦੀ ਹੁਸੈਨ ਮੈਨੂੰ ਇੱਕ ਹਮਲਾ ਦਿਖਾਉਂਦਾ, ਸ਼ਬੀਰ ਆਖਾ ਉਹ ਵੇਲੇ ਆਖਾ ਜਿਹਨਾਂ ਪੁੱਤਰਾਂ ਦੀ ਮੌਤ ਮੁਖਾ ਗਈ। ਕਿਆ ਬਾਤ ਹੈ, ਸੁਭਾਨ ਅੱਲਾਹ। ਕੁਰਾਨ ਦੀ ਕਸਮ ਹੈ, ਮੇਰਾ 24 ਸਾਲ ਦਾ ਤਜਰਬਾ, ਚਿਹਰਾ ਸੋਹਣਾ ਲੱਗਦਾ ਹੀ ਇਹਨਾਂ ਦੀ ਗੁਰਬਤ ਤੇ ਰੋਵਣ ਨਾਲੇ, ਇਹੋ ਇਹਨਾਂ ਦੀ ਅਜ਼ਮਤ ਤੇ ਖਿਲ ਵਣੇ ਗੁਲਾਮ ਦੀ ਮਾਨੇ ਨਾਓ। ਇੱਕੋ ਹੀ ਵਹਿਣ ਪਿਆ ਕਰਦਾ, ਉਸ ਦੇ ਬਾਅਦ 4 ਵਹਿਣ ਸੁਣਾਵਾਂ। ਜ਼ਖਮੀ ਬਦਨ ਘਿਨ ਕੇ ਭੇਣ ਨੂੰ ਆਖਸ ਦਿਖਾਵਾਂ, ਤੁਹਾਡੇ 'ਚ ਕੋਈ ਕਰਬਲਾ ਗਈ ਹੈ, ਹੱਥ ਖੜਾ ਕਰੋ ਜਿਹੜੇ ਕਰਬਲਾ ਗਏ ਹੋ। ਯਕੀਨਨ ਕਬੂਲ ਹੈ ਜ਼ਿੰਦਗੀਆਂ ਉਹਨੇ, ਜਿਹੜੇ ਨਹੀਂ ਗਏ ਝੋਲੀਆਂ ਫੈਲਾਓ, ਤੁਹਾਡੀ ਵਾਸਤੇ ਦੁਆ 'ਚ ਮੰਗਾਂ। ਮੇਰੀ ਮਾਵਾਂ ਭੈਣੀ ਤੁਸਾਂ ਹੀ ਦੁਆ ਮੰਗਾ, ਆਮੀ ਨਖਾ ਹੈ। ਅੱਲਾਹ ਇਮਾਮ ਹੁਸੈਨ ਦੇ ਆਖਰੀ ਸਜਦੇ ਦਾ ਵਾਸਤੇ ਇਹਨਾਂ ਲੋਕਾਂ ਨੂੰ ਉਹ ਜਾ ਵਿਖਾ ਜਿੱਥੇ 70 ਕਦਮ ਤੇ ਭੈਣ ਖੜੀ ਰਹੀ ਹੈ। ਅੱਲਮਾਨ ਅੱਲਮਾਨ ਅੱਲਮਾਨ, ਇੱਕ ਮੰਜ਼ਲ ਵਧਾਵੀ ਬਈ, 4 ਵਹਿਣ ਕਰਾਂ ਮੰਜ਼ਲੇ ਨੁਖੈਲਾ ਤੱਕ। ਜੀ ਜਵਾਨੀ ਮਾਣੇ ਮੰਜ਼ਲੇ ਨੁਖੈਲਾ ਤੱਕ ਅਕਬਰ ਦੇ ਬਾਬੇ ਹਮਲਾ ਕੀਤਾ। ਲਫ਼ਜ਼ ਔਖਾ, ਤੁਹਾਡੇ ਦਿਲ ਦੁਖਾਵਣ ਵਾਸਤੇ ਨਹੀਂ, ਕੁਰਾਨ ਦੀ ਕਸਮ ਹੈ, ਮਜਬੂਰੀ ਹੈ, ਮੈਂ ਕੀ ਪੜ੍ਹਾਂ। ਮੰਜ਼ਲ ਨੂੰ ਖਾਇਲਾ ਤੱਕ 7 ਜ਼ਾਲਮਈ ਹੋ ਜੇ ਵਾਰ ਕੀਤੇ ਨਾ, ਜੋ 12ਵੇਂ ਦੀ ਜਿੱਥੇ ਮਸਜਿਦ ਬਣੀ ਹੋਈ, ਮਸਜਿਦ ਸਾਹਿਬ ਜ਼ਮਾਂ, ਤੁਸੀਂ ਦਿੱਤੀ ਹੈ ਸਾਹਿਬ ਜ਼ਮਾਂ, ਇੱਥੇ 12ਵਾਂ ਬਾਦਸ਼ਾਹ ਝਣੇ। ਮਾਲੇ ਕਿਤਨੀ ਤਾਕਤ ਦੇਵੇ, ਜਿਵੇਂ ਇਹਨਾਂ ਦਾ ਮਿਆਰ ਹੈ, ਮੈਂ ਉਹਨੇ 70 ਸੁਣਾ ਲਵਾਂ। ਕਮਾਲ ਹੈ ਤੁਹਾਡਾ ਇਸ ਵੇਲੇ ਤੱਕ ਬਾਹ ਮੰਨਣਾ। ਆਉਂ ਬਈ ਇਜਾਜ਼ਤ ਹੈ ਨਾ, 4 ਵਹਿਣ ਚੱਕਰੀਏ, ਗਹਿਣਤ ਮੰਦੋ ਇੱਥਾਂ ਲੱਥੈ। ਮਾਣੇ ਵਾਲਿਓ ਮੈਨੂੰ ਹੁਸੈਨ ਦੀ ਜ਼ਾਦੀ ਕਸਮ ਹੈ, ਜ਼ਾਲਿਮ ਇਨ ਲਹਾਏ ਹੁਸੈਨ 53 ਮਿੰਟ ਨਵੀਂ ਜ਼ਿੰਦਗੀ ਹੋਵੀ ਬਾਈ, ਤੁਸਾਂ ਜੀਵੋ ਬਾਈ, ਤੁਸਾਂ ਜੀਵੋ ਬਾਈ, ਜਵਾਨੀ ਮਾਣੋ, ਤੁਸਾਂ ਗੱਲੀਆਂ 'ਚ ਖੜ ਕੇ ਮਾਤਮ ਪੇ ਕਰਦੇ ਹੋ। ਬਿਸਮਿਲ੍ਲਾ ਕਰਾਂ ਜੀ, ਮੈਨੂੰ ਕਰਾਂ ਪੁੱਤਰਾਂ ਦੀ ਜ਼ਿੰਦਗੀ ਉਹਨੇ, ਅੱਲਾ ਬੱਚੜੇ ਨੂੰ ਸਿਹਤ ਰਹੀ, ਜਿਹੜੀਆਂ ਤੁਹਾਡੀਆਂ ਦੁਆਵਾਂ ਨੂੰ ਸਾਇਨ ਦੇ ਸਦਕੇ ਮਾਲੇ ਕਬੂਲ ਕਰੇ। ਗੈਰਤ ਮੰਦੋ ਇੱਥਾਂ ਜਣੇ, ਇਤਨੀ ਵਫਾ ਹੈਵਾਨ ਦੀ ਆਈ, ਸਰਦਾਰਾਂ ਕਦਮਾਂ ਤੂੰ ਆਪਸ ਆਇਆ, ਦਿਆਪ ਲੱਥੇ ਯਾ ਮੈਂ ਕਾਇ ਉੱਚੀ ਜਾ ਤੂੰ ਲੱਥਾ। ਹੁਸੈਨ ਨਹੀਂ ਬੋਲੇ, ਘੋੜੇ ਚੱਕਰ ਲਾਉਣਾ ਸ਼ੁਰੂ ਕੀਤਾ। ਉਹ ਮੈਂ ਨਾਰਾਇਣ ਕੁਰਬਾਨ ਕਰਾਂ, ਕਰੋ ਸਵਾਲ, ਚੱਕਰ ਕਿਉਂ ਲਾਇਸ? ਜ਼ੈਦੀ ਸਾਹਿਬ ਕਿਬਲਾ ਦੇ ਲਫ਼ਜ਼ ਹਨ, ਬੰਦੇ ਮਰ ਜੋ ਗਏ ਦਾਮਨ ਅਹਿਲ ਬੈਤ ਨਾਲੋਂ, ਮੈਨੂੰ ਅਧਿਐਨ ਕਰ ਬਣਾ ਡਾ ਮੁਹਰਮ, ਲੱਖਾਂ ਇਨਸਾਨ ਹੈਵਾਨ ਬਣ ਗਏ ਨੇ, ਇੱਕ ਜ਼ੁਲਜਨਾ ਜਿਹੜਾ ਇਨਸਾਨ ਬਣ ਗਿਆ ਮੇਰੇ ਇਮਾਮ ਦੇ। ਅਜੇ ਯਾਰ ਠਹਿਰ ਵਜੋ, ਮੈਂ ਤਾਂ ਮਸਾਹਿਬ ਹੀ ਹੁਣ ਸ਼ੁਰੂ ਕੀਤਾ ਯਾਰ। ਕੋਲ ਆਪ ਖੜੇ ਕਰੋ, ਅਜੇ ਮੈਂ ਬੁਲਾਇਆ ਨਹੀਂ, ਕਹਿ ਸ਼ਾਇਦ ਨਵੇਂ ਬੰਦੇ ਆਉਂਦਾ ਸੀ, ਕੋਸ਼ਿਸ਼ ਹੁੰਦੀ ਹੈ ਜੋ ਵਹਿਣ ਤਾਂ ਕਿ
چلو خیر ہے، میرے تے کوئی اثر نہیں پونا، میں پھر ہی داخل رہا داخل ہی رہنا، افسوس چلو زخمی بدن میڈیاں تے بائے کے رون والے مومنو خیر پٹرول میں چلے وا ماحول خراب کریں دے ہو ذاکر دی محنت ہونی ہے پانچ سات بن پٹرول تے چلن نال کوئی گل نہیں ہونی میں تو محبت تو آیا ورنہ مجلس پیچھے ہی آئی مینو اے ماحول پسند تو آنا نہیں آیا دو لیٹر یا لیٹر چ بچت کرو زندگیوں نے سنے ماڑے والے کول رزق بڑا لیکن اس رزق دا کی فائدہ ہے جڑا اصول ہی نہ ہوئے ممبر دی قزم ہے زخمی بدن بچیاں بٹھا دیو ہو سکدا ہے میں پھر تواڈے ماڑے چ آوے مجلس پڑھن نہیں مٹیاں تے بہ کر آوان والے مومنو گھوڑے چکر لائے حسین ادن گھوڑا کے پیا کرے نے اپنی بولی چاہتا ہے تو زینت چڑا تے کو گھن وین آیا جلال کے شاہ روی چالے وانا خسان حسان دی آ کباری اتے بھلا ہوئی حسین جدا لتھا ہے اللہ دی قسم ہے دکھائے میرے آلے پاس ہے شبیر فرمیندر گھوڑا کے پیا کرین ہے ادنان کو لے ونیا فرمیندر نان کو لگن ونیا دیکھ میرا نانا تاج لہا کھڑا رون دے آواز آئیے بابے کو لے ونیا فرمائے بابا ولیاں نال آئے ہوئے آواز آئیے نجب لے والے نہ مدینہ لے والے جے پھر سک لے منو چڑھا منو اکبر دی لاش تلے جائے ویلے دا میں اکبر لتا ہے میں جیور دے قابل نہ مرحبا 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 یا سیدہ مانے آلے آؤ اتنی وفائی حیوان دی غیرت مندہ چکر لائل کوئی دیر حسین دیر نہ آوے کوئی نیزہ حسین دیر نہ آوے پہلے چکر لائل بھائی جان اپنے نندہ نال غریب دے بدن چھو تیر کر دائی مات زخمات مو مال کیا دا جاگ بچڑے دے قاتل آگئے سبحان اللہ سبحان اللہ غیرت مندہ جدا حسین لتھا ہے میں کیا حسین دی غربت نسا سوال کرو 1075 قدم میں جدا گیا میں نہ پہن ممبر دی قزہ میں پوچھے آئی علماء پہ گزر دے آئین او بندہ آئے ہی نہیں جیندی ہے زدر تے کوک نہ نکلے میں نو شبیر دی سواری دی قسم ہے ان علماء دی قزہ میں پوچھے آئی اکبر دا بابا کی میں مقدہ لے جائے ہر کیا کیا ہی بھی آئے جیوے اکبر دی لاشت ہے لیکن میرے بزرگ پر دیوں دی آئین اے سفر حسین آپ نے کی تا قاتل زلف چہات پائی آئے کر لے مادا مادا ہاتھ جا میری بھیڑی دروازے سبحان اللہ سبحان اللہ تواری ضیافت ایمانی واسطے دوبین کرنا چاہنا
ਜਿਹੜੇ ਵੇਲੇ ਜੁਲਜਨਾ ਹੁਸੈਨ ਆਖੇ ਕੇ ਕਰੇ ਨੇ ਆਦੇ ਮੌਲਾ ਤੁਹਾਨੂੰ ਨਾ ਛੋੜਨਾ ਚਾਹੁੰਦਾ ਇਤਨੇ ਜ਼ਖਮ ਆਏ ਨੇ ਸ਼ਬੀਰ ਪਰਮੰਦਨ ਵਾਲਵਾਨ ਮੇਰੀ ਮੁੱਕ ਗਈ ਹੈ ਆਦੇ ਕੋਈ ਨਿਸ਼ਾਨੀ ਫਰਮਾਏ ਦਸਤਾਰ ਮੇਰੀ ਅੰਭੇੜੀ ਕੁੜੇ ਵੇ ਆਦੇ ਕੋਈ ਹੋਰ ਨਿਸ਼ਾਨੀ ਫਰਮਾਏ ਦਸਤਾਰ ਭੇੜੀ ਕੁੜੇ ਵੇ ਵਾਦਾ ਕਰੇ ਨਾ ਸ਼ਹਾਦਤ ਮੇਰੀ ਓਸੀ ਸ਼ਬੀਰ ਤੇਰੀ ਬਣੇ ਸੇ ਹੁਣ ਬੇਸ਼ੱਕ ਲੈ ਆਵੇ ਗਰੀਬ ਦੀ ਸਵਾਰੀ ਆਦੇ ਕਈ ਹੋਰ ਨਿਸ਼ਾਨੀ ਫਰਮਾਏ ਵਾਦਾ ਹੋਇਆ ਦਾਵੀ ਦੀ ਡਲਣ ਤੂੰ ਪਹਿਲੇ ਤੇਰੀ ਵਾਗ ਮਰਦ ਲੱਭੀ ਵਧੇ ਉਸੇ ਜਿਹੜੇ ਵੇਲੇ ਦੀ ਡਲਣ ਲੋ ਸੀ ਵੇਲੇ ਚਾਰ ਸਾਲ ਦੀ ਸਹੀ ਆਜ਼ਾਦੀ ਸਰ ਤੂੰ ਚਾਦਰ ਲਾ ਕੇ ਅਕਸੀ ਰਜ਼ਾ ਕਿਤਨੇ ਮਾਰਣ ਵਾਲੇ ਮੈਂ ਚਾਹਨਾ ਚੁੱਕੇ ਸ਼ਬੀਰ ਦੀ ਸਵਾਰੀ ਗੋਡੀ ਲਾਉਣੀ ਏ ਪਾਸਾ ਹੀ ਲੈਂਦੀ ਏ ਮੈਂ ਇੱਕ ਵਹਿਣ ਕਰਨਾ ਏ ਰੋਣ ਵਾਲੇ ਮੋਮਨਾ ਰੋਂਦਾ ਹੀ ਆਵੇ ਤੇ ਵਹਿਣ ਹੀ ਸੁਣਦਾ ਆਵੇ ਅਕਬਰ ਦੇ ਬਾਬੇ ਘੋੜੇ ਨੂੰ ਆਖੇ ਪਰੇਸ਼ਾਨੀ ਜੀ ਕੀ ਕਰ ਮਾਣੇ ਵਾਲੇ ਪਈਆ ਨੀ ਤੇ ਲਿਖਿਆ ਬਾਹਰ ਲਾਵੇ ਬਦਮਾਸ਼ਾ ਗੈਰ ਮਰਾ ਖਾਵੇ ਲੈ ਗੈਰਤਮੰਦਾਂ ਦੂਵੈਣ ਮਿੰਬਰ ਦੀ ਕਸਮ ਏ ਹੁਸੈਨ ਬਾਦਸ਼ਾਹ ਘੋੜੇ ਨੂੰ ਆਖੇ ਵਾਲਵਾਲ ਘੋੜੇ ਖੈਮੇ ਦੇ ਦਰਵਾਜ਼ੇ ਤੇ ਹਿਣਕ ਮਾਰੀਏ ਜਿਹੜੇ ਮਾਤਮੀ ਤੇ ਆਜ਼ਾਦਾਰ ਹੋ ਹਿਣਕ ਮਾਰੀਏ ਧੀ ਨੂੰ ਪਤਾ ਲੱਗੇ ਧੀ ਟੁਰ ਪਈਏ ਪਿਓ ਦੇ ਕਾਤਲਾ ਦੁਰਾ ਮੰਗਦੀ ਹੋਈ ਧੀ ਉੱਥੇ ਆਈਏ ਜਿੱਥੇ ਗਰੀਬ ਬਾਬਾ ਬੈਠਾ ਹੋਇਆ ਇਸ ਗੈਰਤਮੰਦੋ ਬਾਬੇ ਕੋਲ ਆਈਏ ਇਡੂ ਪਹਿਲਾ ਕਾਤਲ ਆਏ ਵੱਲ ਗਈ ਹੈ ਦੂਜਾ ਏ ਵੱਲ ਗਈ ਹੈ ਤ੍ਰੀਜਾ ਏ ਵੱਲ ਗਈ ਹੈ ਚੌਥਾ ਏ ਜਿਹੜੇ ਵੇਲੇ ਧੀ ਆਈਏ ਇਡੂ ਨਵਾਂ ਕਾਤਲ ਆਏ ਆਦੇ ਹੁਸੈਨ ਔਖੇਲ ਧੀ ਨੂੰ ਸਦੀ ਆਈ ਸੈਦ ਆਦੇ ਔਖੇਲ ਧੀਆਂ ਸਦੀਆਂ ਨਹੀਂ ਵਹਿੰਦੀਆਂ ਆਪ ਆਵੈਂਦੀਆਂ ਆਦੇ ਤੂੰ ਬਿਜੇ ਲਈ ਮੈਂ ਭੇਜਾ ਪਰ ਮੈਂ ਨਮਾ ਫਿਜ਼ਾ ਮਰੀ ਧੀ ਨੂੰ ਖੈਮੇ ਲਾਏ ਵਾਲ ਫਿਜ਼ਾ ਚਾਹੇ ਚੰਦ ਕਦਮਾਂ ਤੇ ਗਈਏ ਸ਼ਿਮਰ ਪਹਿਲਾ ਵਾਰ ਕੀ ਦਿਆ ਦੀਏ ਦਾਦੀ ਛੋੜ ਮੇਰਾ ਬਾਬਾ ਮਰੀਂਦਾ ਪੀ ਗੈਰਤਮੰਦ ਜਿਹੜਾ ਵਹਿਣ ਕੀਤਾ ਸੁਣਾਵਾ ਰੋ ਕੇ ਆਦੀਏ ਜ਼ਾਲਿਮ ਨਾ ਮਾਰ ਬਾਬੇ ਕੋ ਸਾਰੇ ਮਾਤਮ ਦੀ ਤਿਆਰੀ ਕਰੋ ਕਰੇਂਦੀਆਂ ਚਾ ਦੇਖ ਜਾਮ ਪਾਣੀ ਦਾ ਮੈਂ ਬਾਬੇ ਕੋ ਉਹ ਆ ਗਈ ਹੈ ਗਰੀਬ ਦੀ ਸਵਾਰੀ ਮਜ਼ਲੂਮ ਹੁਸੈਨ ਦੀ ਸਵਾਰੀ ਗੈਰਤਮੰਦੋਂ ਗੋਡੀ ਲੈਂਦੀ ਹੈ ਪਾਤਸ਼ਾਹ ਹੀ ਲਾਵਣਾ ਬਿਸਮਿਲਾ ਕਰੋ ਇਹ ਕੋਸ਼ਿਸ਼ ਕਰੇ ਦੀ ਪਈ ਹੈ ਜੋ ਮੈਂ ਹੁਸੈਨ ਨੂੰ ਸਵਾਰ ਕਰਾਵਾਂ ਲੇਕਿਨ ਗਰੀਬ ਨਾ ਚੜ ਸਕਦਾ ਹਾਏ ਮੇਰਾ ਅੱਲਾ ਆਖੋ ਹਾਏ ਹੁਸੈਨ ਸਾਰੇ ਸਰ ਤੇ ਪੁਰਸਾ ਦੇ ਹੋ ਆਖੋ ਹਾਏ ਹੁਸੈਨ ਆਖੋ ਹਾਏ ਹੁਸੈਨ ਗੈਰਤਮੰਦੋ ਇੱਕ ਵੈਣ ਕਰਨਾ ਚਾਹਨਾ ਜਿਹੜਾ ਧੀ ਕਾਤਲ ਨਾਲ ਕੀਤਾ ਸੁਣਾਵਾ ਰੋ ਕੇ ਪਿਆ ਦੀਏ ਜ਼ਾਲਿਮ ਨਾਲ ਆਦੀਏ ਜ਼ਾਲਿਮ ਹਯਾ ਕਰ ਜ਼ਾਲਿਮ ਦੇ ਦੇਖ ਕੇ ਆਦੀਏ ਤੂੰ ਆਪਣਾ ਕੰਮ ਤਾਂ ਕਰ ਬੈਠੇ ਪਰ ਹੱਟ ਵਾਲਿਆ ਇਹ ਜਾ ਛੱਡ ਦੇ ਇਹਨੇ ਅਦਬੈਰ ਜੋੜਨ ਲਈ ਮੈਂ ਬਾਬੇ ਕੋ ਸਦੇਂਦੀਆ ਗੈਰਤਮੰਦੋ ਕਾਤਲ ਹਯਾ ਨਹੀਂ ਕੀਤਾ ਮੇਰੀ ਸੈਣ ਕਾਤਲ ਦਾ ਖੰਜਰ ਨਾ ਪਿਆ
ਰੋਵਣ ਵਾਲੇ ਮੋਮਨੋ ਰੋ ਕਿਆ ਦੀ ਹੱਥ ਕਰ ਮੇਰੇ ਪਿਓ ਦੀਆਂ ਜ਼ੁਲਫਾਂ ਚੋਂ ਸਾਰੇ ਮਾਤਮ ਕਰੋ ਤੇ ਬਾਸ਼ਿੰਦਾ ਕੋ ਮਜਫਾ ਦਾ ਕੰਡ ਖਾਲੀ ਦੇਖ ਕੇ ਮਾਤਮ ਹੁਸੈਨ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ